ਮਾਲਕੋ ਪਿੰਡ ਦੇ ਲੋਕ ਆਏ ਨੇ। ਵੇ ਕੀ ਕਰਨਾ ਗਏ, ਜੇ ਕੁਝ ਮੰਗਣ ਆਏ ਨਾ ਬਾਹਰੋਂ ਤੋਰ ਦੇ। ਮਾਲਕੋ ਉਹ ਕੁਝ ਮੰਗਣ ਲਈ ਨਹੀਂ, ਉਹ ਤੁਹਾਨੂੰ ਕੁਝ ਕਹਿਣ ਲਈ ਆਏ ਨੇ। ਹਾਂ ਬਈ, ਕੀ ਕਹਿਣਾ ਚਾਹੁੰਦੇ ਹੋ? ਚੌਰੀ ਸਾਹਿਬ, ਅਸੀਂ ਬੇਨਤੀ ਕਰਨ ਆਏ ਹਾਂ ਕਿ ਗੁਰੂ ਘਰ ਜਾਂਦੀਆਂ ਸੰਗਤਾਂ ਨੂੰ ਆਪਣੇ ਖੇਤਾਂ ਵਿੱਚੋਂ ਲੰਘ ਜਾਣ ਦਿਓ। ਚੌਧਰੀ ਜੀ, ਇਹ ਸੇਵਾ ਸਾਡੇ ਬਜ਼ੁਰਗਾਂ ਨੇ ਸਾਨੂੰ ਬਖਸ਼ੀ ਹੈ। ਹਾਂ ਚੌਧਰੀ ਸਾਹਿਬ ਜੀ, ਇਸ ਪਿੰਡ ਉੱਤੇ ਗੁਰੂ ਜੀ ਦੀ ਬਹੁਤ ਕਿਰਪਾ ਹੈ। ਗੁਰੂ ਜੀ ਕਿਤੇ ਸਾਡੇ ਤੋਂ ਨਾਰਾਜ਼ ਹੀ ਨਾ ਹੋ ਜਾਣ। ਚੁੱਪ ਓਏ, ਬਕਵਾਸ ਬੰਦ ਕਰੋ। ਜੇ ਮੈਨੂੰ ਪਤਾ ਹੁੰਦਾ ਤੁਸੀਂ ਇਹ ਗੱਲ ਕਰਨ ਆਏ ਹੋ ਤਾਂ ਮੈਂ ਤੁਹਾਨੂੰ ਹਵੇਲੀ ਦੇ ਅੰਦਰ ਨਹੀਂ ਸੀ ਵੰਡ ਦੇਣਾ। ਤੁਹਾਡੇ ਰੀਤ ਰਿਵਾਜ ਸੰਗਤ ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ। ਕਿਹੜਾ ਗੁਰੂ, ਕਿਹੜੀਆਂ ਰਹਿਮਤਾਂ, ਕਿਹੜਾ ਪਿੰਡ? ਓਏ, ਜਿਸ ਪਿੰਡ ਦੀ ਤੁਸੀਂ ਗੱਲ ਕਰਦੇ ਹੋ ਨਾ, ਮੈਂ ਚਾਹਾਂ ਤਾਂ ਸਵੇਰੇ ਖਰੀਦ ਲਾਂ ਤੇ ਆ ਤੁਹਾਡੇ ਸਿਰ ਤੇ ਜਿਹੜੀਆਂ ਝੁੱਗੀਆਂ ਨੇ ਨਾ ਖੋ ਕੇ ਸੜਕ ਤੇ ਸੁੱਟ ਦੂੰ। ਓਏ, ਜੇ ਤੁਹਾਡੇ ਗੁਰੂ 'ਚ ਇੰਨੀ ਸ਼ਕਤੀ ਹੈ ਤਾਂ ਤੁਹਾਡੇ ਮਕਾਨ ਪੱਕੇ ਕਿਉਂ ਨਹੀਂ ਹੋ ਜਾਂਦੇ? ਦੇਖ ਚੌਧਰੀ, ਸਾਨੂੰ ਜੋ ਮਰਜ਼ੀ ਕਹਿ ਲੈ ਪਰ ਸਾਡੇ ਗੁਰੂਆਂ ਨੂੰ ਕੁਝ ਨਾ ਆਖੀ। ਓਏ, ਕੀ ਕਰ ਲੂੰਗੇ ਤੁਸੀਂ ਤੇ ਤੁਹਾਡਾ ਗੁਰੂ? ਮੈਂ ਕਿਸੇ ਨੂੰ ਨਹੀਂ ਜਾਣਦਾ, ਇੱਥੇ ਕੋਈ ਪਰਮਾਤਮਾ ਪਰਮੂਤਮਾ ਨਹੀਂ, ਸਿਰਫ ਪੈਸਾ ਹੈ ਪੈਸਾ। ਚੌਧਰੀ ਗੁਰਜੰਟ ਸਿੰਘ ਜਿੱਥੇ ਵੀ ਜਾਂਦਾ ਜਿੱਥੇ ਵੀ ਰਹਿੰਦਾ ਆਪਣੀ ਸੁਣਦਾ ਤੇ ਸਿਰਫ ਆਪਣੀ ਕਹਿੰਦਾ। ਉਹ ਚੌਧਰੀ, ਪੈਸੇ ਦਾ ਇੰਨਾ ਹੰਕਾਰ ਨਾ ਕਰ। ਇੱਥੇ ਰਾਵਣ ਤੇ ਸਿਕੰਦਰ ਵਰਗੇ ਚੱਲਦੇ ਬਣੇ, ਉਹ ਵੀ ਪੈਸਾ ਨਾਲ ਨਾ ਲੈ ਜਾ ਸਕੇ, ਤੇ ਤੂੰ ਕਿਹੜੇ ਪੈਸੇ ਦਾ ਹੰਕਾਰ ਕਰਦਾ ਚੌਧਰੀ? ਯਾਦ ਰੱਖੀ ਚੌਧਰੀ, ਇੱਕ ਦਿਨ ਤੂੰ ਪਛਤਾਏਗਾ, ਗਿੜਗਿੜਾਏਗਾ, ਕੰਧਾਂ 'ਚ ਟੱਕਰਾਂ ਮਾਰੇਗਾ। ਇਹ ਮਹਿਲ ਹਵੇਲੀਆਂ ਤੈਨੂੰ ਵੱਢ ਵੱਢ ਖਾਣਗੀਆਂ। ਇਹ ਪੈਸਾ ਤੇਰੇ ਕੰਮ ਨਹੀਂ ਆਉਣਾ ਚੌਧਰੀ, ਇਹ ਪੈਸਾ ਤੇਰੇ ਕੰਮ ਨਹੀਂ ਆਉਣਾ। ਤੂੰ ਪਛਤਾਏਗਾ ਇੱਕ ਦਿਨ, ਪਛਤਾਏਗਾ ਤੂੰ, ਤੂੰ ਪਛਤਾਏਗਾ ਚੌਧਰੀ। ਯਾਦ ਰੱਖੀ ਮੇਰੀ ਇਹ ਗੱਲ। ਦਾਦਾ ਜੀ, ਚੌਧਰੀ ਤਾਂ ਬੜਾ ਮਾੜਾ ਬੰਦਾ ਨਿਕਲਿਆ। ਹਾਂ ਪੁੱਤਰ ਜੀ, ਜ਼ੁਲਮੀ, ਜ਼ਬਰੀ, ਦਇਆ ਭਾਵਨਾ ਦੇ ਨਾਂ ਦੀ ਉਸਦੇ ਵਿੱਚ ਕੋਈ ਸ਼ੈ ਨਹੀਂ ਸੀ। ਫਿਰ ਕੀ ਹੋਇਆ ਦਾਦਾ ਜੀ? ਉਹੀ ਹੋਇਆ ਪੁੱਤਰ ਜੀ ਜੋ ਹੋਣਾ ਸੀ। ਚੌਧਰੀ ਦੇ ਪਾਪਾਂ ਦਾ ਘੜਾ ਭਰ ਗਿਆ। ਸਿਆਣੇ ਕਹਿੰਦੇ ਨੇ, ਜੋ ਬੀਜੋਗੇ ਉਹੀ ਵੱਢੋਗੇ ਨਾ। ਚੌਧਰੀ ਦਾ ਮੁੰਡਾ ਸ਼ੇਰਾ ਪੂਰੀ ਤਰ੍ਹਾਂ ਦੀਨੇ ਦੇ ਚੁੰਗਲ ਵਿੱਚ ਫਸ ਗਿਆ। ਜਾਂ ਇੰਜ ਕਹਿ ਲਓ, ਚੌਧਰੀ ਦੇ ਪਾਪਾਂ ਦੀ ਸਜ਼ਾ ਉਸਨੂੰ ਉਸਦੇ ਪੁੱਤਰ ਦੇ ਰੂਪ ਵਿੱਚ ਮਿਲਣਾ ਸ਼ੁਰੂ ਹੋ ਗਿਆ। ਬਸ ਦੀਨੇ ਆ, ਬਸ ਮੇਥੋਂ ਹੁਣ ਹੋਰ ਨਹੀਂ ਕੀਤੀ ਜਾ। ਕਿਉਂ, ਪੈਸੇ ਮੁੱਕ ਗਏ? ਦੀਨੇ ਆ, ਪੈਸਾ ਤਾਂ ਅੱਗ ਲਾ ਕੇ ਵੀ ਫੂਕੀਏ ਤਾਂ ਵੀ ਨਹੀਂ ਮੁੱਕਦਾ। ਤਾਂ ਫਿਰ ਕੀ ਗੱਲ ਹੋਈ ਯਾਰ ਦੀਨੇ ਆ?
ਓਏ ਦਾਰੂ ਮੇਰੀ ਕਮਜ਼ੋਰੀ ਹੁੰਦੀ ਜਾਂਦੀ ਹੈ ਅਤੇ ਮੈਨੂੰ ਲੱਗਦਾ ਇਹਦੀ ਲੱਤ ਮੈਨੂੰ ਲੱਗ ਜਾਵੇਗੀ, ਆਦਤ ਪੈ ਜਾਵੇਗੀ ਯਾਰਾ, ਆਦਤ ਪੈ ਜਾਵੇਗੀ। ਓਏ ਓਏ ਮੈਨੂੰ ਤਾਂ ਕਈ ਸਾਲ ਪੀਂਦੇ ਨੂੰ ਹੋ ਗਏ, ਉਹ ਮੈਨੂੰ ਤਾਂ ਹਜੇ ਆਦਤ ਨਹੀਂ ਪਈ ਅਤੇ ਤੈਨੂੰ ਕਿੱਦਾਂ ਪੈ ਗਈ? ਜਿੱਦਣ ਮੈਂ ਨਹੀਂ ਪੀਂਦਾ ਨਾ ਘੁੱਟਣ ਜਿਹੀ ਹੋਣ ਲੱਗਦੀ ਹੈ, ਮੱਥੇ 'ਤੇ ਤ੍ਰਿੜੀਆਂ ਆਉਣ ਲੱਗਦੀਆਂ ਨੇ, ਹੱਥ ਪੈਰ ਕੰਬਣ ਲੱਗਦੇ ਨੇ, ਸਾਹ ਔਖਾ ਔਖਾ ਆਉਣ ਲੱਗਦਾ, ਕਦੇ ਕਦੇ ਤਾਂ ਮੈਨੂੰ ਏਦਾਂ ਲੱਗਦਾ ਹੁਣ ਮਰਿਆ ਲੈ ਸਮਝੋ ਹੁਣ ਮਰਿਆ। ਓਏ ਤਾਂ ਤੈਨੂੰ ਐਵੇਂ ਵਹਿਮ ਆ, ਓਏ ਤਾਂ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ, ਤੂੰ ਮੌਜਾਂ ਲੁੱਟ ਆਪਣੇ ਬਾਪੂ ਵੱਲ ਹੀ ਵੇਖਿਆ, ਸ਼ਰਾਬ ਤੇ ਸ਼ਵਾਬ ਨੂੰ ਦਿਨੋ ਦਿਨ ਜਵਾਨ ਕਰੀ ਜਾਂਦੇ ਨੇ, ਓਏ ਹਸਤੀ ਤੇ ਮਸਤੀ ਚੌਧਰੀਆਂ ਦੀ ਪਹਿਚਾਣ ਹੁੰਦੀ ਹੈ, ਪੈਸਾ ਸੁੱਟ ਤੇ ਮੌਜਾਂ ਲੁੱਟ ਸਾਡੇ ਲਈ ਤਾਂ ਕਹਾਵਤ ਬਣੀ ਆ। ਓਏ ਇਹ ਗੱਲ ਤੂੰ ਕਹਿ ਕੇ ਮੇਰੇ ਅੰਦਰਲਾ ਸੁੱਤਾ ਸ਼ੇਰ ਜਗਾ ਦਿੰਦਾ। ਚੰਗਾ ਯਾਰਾ ਚੰਗਾ, ਸਵੇਰੇ ਮਿਲਾਂ। ਓਏ ਜਾਂਦੇ ਚੋਰ ਦੀ ਲਗੋਟੇ ਸਹੀ। ਓਏ ਮੈਂ ਤਾਂ ਬਿਨਾਂ ਵਜ੍ਹਾ ਕਿਸੇ ਨਾਲ ਗੱਲ ਨਾ ਕਰਾਂ, ਤੇਰੀ ਤਾਂ ਕਈ ਦਿਨਾਂ ਤੋਂ ਬੱਕ ਬੱਕ ਸੁਣਦਾ ਆ ਰਿਹਾ। ਮੇਰਾ ਨਾਂ ਹੈ ਦੀਨਾ, ਮਾਂ ਦਾ ਦੀਨਾ, ਤੇ ਮੈਂ ਹੈ ਵੀ ਸਿਰੇ ਦਾ ਕਮੀਨਾ। ਓਏ ਅੱਧੀ ਅੱਧੀ ਰਾਤ ਨੂੰ ਘਰ ਵੜਦਾ, ਜਦੋਂ ਆਉਣਾ ਸ਼ਰਾਬ ਦਾ ਰੱਜਿਆ ਹੁੰਦਾ, ਅੱਧੀ ਅੱਧੀ ਰਾਤ ਤੱਕ ਤੇਰੀ ਉਡੀਕ ਕਰੀਏ, ਅਸੀਂ ਤੇਰੇ ਨੌਕਰ ਲੱਗੇ ਆ। ਕੌਣ ਕਹਿੰਦਾ ਮੈਨੂੰ ਉਡੀਕੋ, ਖਾ ਪੀ ਕੇ ਚੁੱਪ ਕਰਕੇ ਸੋ ਜਾਇਆ ਕਰ। ਸ਼ਰਮ ਕਰ ਵੇ, ਸ਼ਰਮ ਹਯਾ ਕਰ ਕੁੱਤਿਆ। ਕੋਈ ਪਿਓ ਨਹੀਂ ਤੇ ਕੋਈ ਪੁੱਤ ਨਹੀਂ, ਕੋਈ ਰਿਸ਼ਤਾ ਨਹੀਂ, ਕੋਈ ਨਾਤਾ ਨਹੀਂ, ਤੇ ਸਭ ਕੁਛ ਪੈਸਾ ਹੀ ਪੈਸਾ। ਸੁਣਿਆ ਹੋ ਚਾਹੀ ਪੁੱਤਰਾ, ਸਵੇਰੇ ਮੈਂ ਤੇਰੀ ਖਬਰ ਲਊ। ਬੇਵਸ ਹੋ ਗਿਆ ਮਾਂ, ਮੈਂ ਇਹਦੇ ਬਿਨਾਂ ਨਹੀਂ ਜੀ ਸਕਦਾ।
ਮਾਂ ਤੈਨੂੰ ਲੱਗਦਾ ਮੈਂ ਬਹੁਤਾ ਚਿਰ ਨਹੀਂ ਜੀਣਾ? ਬੜੇ ਉਦਾਸ ਬੈਠੇ ਹੋ। ਹਾਲ ਹਾਲ ਤੇਤੋਂ ਕਿਹੜਾ ਦੂਜਾ ਭਰਾਵਾ, ਜਦੋਂ ਦਾ ਚੌਧਰੀ ਨੇ ਇਸ ਪਿੰਡ ਵਿੱਚ ਪੈਰ ਰੱਖਿਆ ਪਿੰਡ ਦੇ ਤਾਂ ਸੀਵੀ ਵੀ ਫੁੱਟ ਗਿਆ। ਅਜਿਹਾ ਮਨ ਹੂਸ ਪਰਛਾਵਾ ਇਸ ਬੰਦੇ ਦਾ, ਪੁੱਛੋ ਹੀ ਨਾ। ਪਿੰਡ ਦੇ ਹਰ ਬੰਦੇ ਦੇ ਚਿਹਰੇ ਵਾਂਗ ਜ਼ਮੀਨਾਂ ਦੇ ਚਿਹਰੇ ਤਾਂ ਝੁਲਸੇ ਪਏ ਨੇ, ਫਸਲਾਂ ਨੂੰ ਤਾਂ ਜਿਵੇਂ ਨਜ਼ਰਾਂ ਖਾ ਗਈਆਂ। ਉਹ ਜਿੱਥੇ ਸਵੇਰੇ ਸਵੇਰੇ ਪੰਛੀਆਂ ਦੇ ਚਹਿਕਣ 'ਤੇ ਰੌਣਕਾਂ ਲੱਗ ਜਾਂਦੀਆਂ ਸੀ, ਸੂਰਜ ਦੀ ਪਹਿਲੀ ਕਿਰਨ ਜਦ ਤਰੇਲ ਪਈਆਂ ਫਸਲਾਂ 'ਤੇ ਪੈਂਦੀ ਸੀ ਨਾ, ਤੇ ਵੇਖ ਕੇ ਚਿਹਰੇ 'ਤੇ ਨੂਰ ਆ ਜਾਂਦਾ ਸੀ। ਤੇ ਹੁਣ ਹੁਣ ਤਾਂ ਸਾਡੇ ਪਿੰਡ ਦੇ ਆਲੇ ਦੁਆਲੇ ਵੀ ਕੋਈ ਚਿੜੀ ਜਨੌਰ ਤੱਕ ਨਹੀਂ ਦੀਦਾ। ਸਰਪੰਚ ਸਾਹਿਬ, ਉਹ ਦਿਨ ਤਾਂ ਲੱਗਦਾ ਸੁਪਨੇ ਬਣ ਕੇ ਰਹਿ ਗਏ, ਜਦੋਂ ਬਲਦਾਂ ਦੇ ਗਲ ਵਿੱਚ ਪਈਆਂ ਟੱਲੀਆਂ ਦੀ ਤਨ ਤਨ, ਦੁੱਧ ਮੈਦਾਨੀ ਰਿੜਕਦੀਆਂ ਸੁਹਾਣੀਆਂ ਦੀ ਵੰਗਾਂ ਦੀ ਛਣ ਛਣ ਸੁਣ ਕੇ ਹਾਲੀਆਂ ਦੇ ਚਿਹਰੇ 'ਤੇ ਚਮਕ ਪੈਦਾ ਹੋ ਜਾਂਦੀ ਸੀ। ਜਦੋਂ ਪਿੰਡ ਵਿੱਚੋਂ ਲੰਘਣਾ, ਦੁੱਧ ਦਹੀਂ ਮੱਖਣ ਘਿਓ ਦੀ ਮਹਿਕ ਆਉਣੀ, ਹੁਣ ਤਾਂ ਨਾ ਮੁਰਾਦ ਚਾਹ ਵੀ ਜਵਾਕਾਂ ਨੂੰ ਨਾਲ ਦੇ ਪਿੰਡੋਂ ਦੁੱਧ ਲੈ ਕੇ ਪਿਲਾਈਦੀ। ਭਰਾਵੋ, ਜਿਹਦੇ ਕਰਕੇ ਪਿੰਡ ਦਾ ਇਹ ਹਾਲ ਹੋਇਆ ਉਹ ਆਪ ਕਿਹੜਾ ਸੁਖੀ ਹੈ? ਉਹ ਇੱਕੋ ਇੱਕ ਪੁੱਤ ਉਹਦਾ, ਉਹ ਵੀ ਸਿਰੇ ਦਾ ਸ਼ਰਾਬੀ ਕਬਾਬੀ ਨਿਕਲਿਆ। ਮੇਰਾ ਗੁਆਂਢੀ ਚੌਧਰੀ ਦੇ ਘਰ ਕੰਮ ਆਇਆ, ਉਹ ਕਾਮਾਂ ਦੱਸਦਾ ਸੀ, ਕਹਿੰਦਾ ਚਾਚਾ ਹੁਣ ਉਹ ਨਾਂ ਦੀ ਹਵੇਲੀ ਰਹਿ ਗਈ ਹੈ, ਭੂਤ ਬੰਗਲਾ ਆਇਆ ਭੂਤ ਬੰਗਲਾ, ਉੱਥੇ ਨਾ ਕੋਈ ਕਿਸੇ ਨਾਲ ਬੋਲਦਾ ਨਾ ਕੋਈ ਕਿਸੇ ਨਾਲ ਗੱਲ ਕਰਦਾ। ਕਾਮਾ ਦੱਸਦਾ ਸੀ, ਕਹਿੰਦਾ ਚਾਚਾ ਕਈ ਵਾਰੀ ਤਾਂ ਚੌਧਰੀ ਇਕੱਲਾ ਬੈਠਾ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦਾ। ਰੱਬ ਦਾ ਪਾਣਾ ਸਰਪੰਚ, ਸ਼ੇਰਿਆ ਕਿੱਥੇ ਚੱਲਾ? ਰਾਤ ਦੀ ਲਾਉਣ ਚੱਲਾ ਕਿ ਜਾਂ ਹੋਰ ਪੀਣ ਚੱਲਾ? ਵੇ ਸ਼ੇਰਿਆ, ਬੋਲਦਾ ਕਿਉਂ ਨਹੀਂ, ਕਿਉਂ ਟਿੱਠਾ ਵਾਂਗ ਖੜਾ ਏ? ਓਏ, ਜਿਹੜੇ ਚੌਧਰੀ ਦੀ ਅੱਖ 'ਚ ਅੱਖ ਪਾ ਕੇ ਨਹੀਂ ਤੱਕਦੇ ਸੀ, ਅੱਜ ਤੇਰੇ ਕਰਕੇ ਟੇਢੀ ਟੇਢੀ ਅੱਖ ਨਾਲ ਦੇਖਦੇ ਨੇ। ਓਏ, ਦੱਬੀ ਜ਼ਬਾਨ 'ਚ ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਨੇ, ਉਹਨਾਂ ਦੇ ਚਿਹਰੇ ਅੰਦਰ ਛੁਪਿਆ ਹਾਸਾ ਮੇਰਾ ਮਜ਼ਾਕ ਉਡਾ ਰਿਹਾ ਮਜ਼ਾਕ। ਵੇ ਸ਼ੇਰਿਆ, ਕੁਝ ਤਾਂ ਬੋਲ, ਕਿਉਂ ਸਾਨੂੰ ਤਿਲ ਤਿਲ ਕਰਕੇ ਮਾਰਦਾ ਏ? ਓਏ, ਪੁੱਤਰ ਤਾਂ ਮਾਪਿਆਂ ਦਾ ਹੌਸਲਾ ਹੁੰਦੇ ਨੇ, ਤੇ ਤੂੰ ਸਾਡਾ ਨੱਕ ਵੱਢਿਆ ਤੇ ਲੱਕ ਤੋੜ ਛੱਡਿਆ। ਜੇ ਤੂੰ ਇਦਾਂ ਹੀ ਆਪਣੀਆਂ ਮਨ ਮਰਜ਼ੀਆਂ ਕਰਨੀਆਂ ਨੇ ਨਾ, ਤਾਂ ਜਾ ਚਲਾ ਜਾ ਇਸ ਘਰ ਤੋਂ।
ਪਰ ਇੱਕ ਗੱਲ ਯਾਦ ਰੱਖੀ, ਮੁੜ ਕੇ ਇੱਥੇ ਨਾ ਆਈ। ਤੂੰ ਸਾਡੇ ਲਈ ਮਰ ਗਿਆ ਤੇ ਅਸੀਂ ਤੇਰੇ ਲਈ ਮਰ ਗਏ। ਜੇ ਤੂੰ ਇਵੇਂ ਆਪਣੀਆਂ ਮਨ ਮਰਜ਼ੀਆਂ ਕਰਨੀਆਂ ਨੇ ਨਾ ਤਾਂ ਜਾ, ਚਲਾ ਜਾ ਇਸ ਤਰ੍ਹਾਂ। ਪਰ ਇੱਕ ਗੱਲ ਯਾਦ ਰੱਖੀ, ਮੁੜ ਕੇ ਇੱਥੇ ਨਾ ਆਏ। ਤੂੰ ਸਾਡੇ ਲਈ ਮਰ ਗਿਆ ਤੇ ਅਸੀਂ ਤੇਰੇ ਲਈ ਮਰ ਗਏ। ਜਾ। ਯਾਦ ਰੱਖੀ ਚੌਧਰੀ, ਇੱਕ ਦਿਨ ਤੂੰ ਪਛਤਾਏਗਾ, ਗੜਗੜਾਏਗਾ, ਕੰਧਾਂ ਟੱਕਰਾਂ ਮਾਰੇਗਾ। ਇਹ ਮਹਿਲ ਹਵੇਲੀਆਂ ਤੈਨੂੰ ਵੱਢ ਵੱਢ ਖਾਣਗੀਆਂ। ਇਹ ਪੈਸਾ ਤੇਰੇ ਕੰਮ ਨਹੀਂ ਆਉਣਾ ਚੌਧਰੀ, ਇਹ ਪੈਸਾ ਤੇਰੇ ਕੰਮ ਨਹੀਂ ਆਉਣਾ। ਇੱਥੇ ਕੋਈ ਪ੍ਰਮਾਤਮਾ ਪ੍ਰਮੋਤਮਾ ਨਹੀਂ, ਸਿਰਫ ਪੈਸਾ ਹੈ ਪੈਸਾ। ਕੋਈ ਪਿਓ ਨਹੀਂ ਤੇ ਕੋਈ ਪੁੱਤ ਨਹੀਂ, ਕੁਛ ਪੈਸਾ ਹੀ ਪੈਸਾ। ਮਾਲਕੋ ਮਾਲਕੋ, ਹੁਣ ਕਿਹੜੀ ਮਨੂਸ ਖਬਰ ਲੈ ਕੇ ਆ ਗਿਆ? ਇਹਨਾਂ ਕੰਨਾਂ ਨੂੰ ਚੰਗੀ ਖਬਰ ਸੁਣਿਆ ਬੜਾ ਟਾਈਮ ਹੋ ਗਿਆ। ਉਹ ਜੇ ਕੋਈ ਚੰਗੀ ਖਬਰ ਨਹੀਂ ਹੁੰਦੀ ਤਾਂ ਮਨੂਸ ਤਾਂ ਨਾ ਸੁਣਾਇਆ ਕਰੋ। ਹਾਂ ਬਖ, ਇਸ ਸਾਲ ਤਾਂ ਫਸਲਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਿਹਾ। ਜ਼ਮੀਨਾਂ ਦੇ ਮੁੱਖ ਦੇਖ ਕੇ ਤਾਂ ਹੌਲ ਪੈਂਦੇ ਨੇ ਹੌਲ। ਸੌਂ ਖਾਣ ਨੂੰ ਇੱਕ ਵੀ ਤੀਲਾ ਨਹੀਂ ਜੁਗਿਆ। ਹੁਣ ਤਾਂ ਘਰ ਦੇ ਪਸ਼ੂ ਵੀ ਪੱਠਿਆਂ ਬਗੈਰ ਭੁੱਖਣ ਪਾਰੇ ਫੁਰਕ ਫੁਰਕ ਕੇ ਡਿੱਗਣ ਲੱਗ ਪਏ ਨੇ। ਸਾਰਿਆਂ ਹੁਣ ਪਸ਼ੂਆਂ ਮੂਹਰੇ ਮੈਂ ਲੰਮਾ ਪੈ ਜਾ, ਨਾਲ ਦੇ ਪਿੰਡ ਤੋਂ ਫੜ ਕੇ ਲੈ ਆ। ਕੀ ਹੋ ਰਿਹਾ, ਕੁਛ ਸਮਝ ਨਹੀਂ ਆ ਰਿਹਾ। ਸਭ ਕੁਝ ਤਹਿਸ ਨਹਿਸ ਹੋ ਰਿਹਾ ਔਰ ਪਾਸੇ ਮਨੂਸ ਖਬਰਾਂ ਛਾਈਆਂ ਪਈਆਂ। ਮਾਲਕੋ, ਮਾਲਕੋ, ਕੀ ਹੋ ਗਿਆ? ਕਿਹੜੀ ਆਫਤ ਆ ਗਈ? ਕਿਹੜਾ ਪਿੰਡ ਤੇ ਕਹਿਰ ਟੁੱਟ ਗਿਆ? ਸਾਹੋ ਸਾਈ ਹੋਇਆ ਫਿਰਦਾ। ਮਾਲਕੋ ਪਿੰਡ ਤੇ ਨਹੀਂ, ਤੁਹਾਡੇ ਤੇ।
ਕੀ ਵਖਦਾ ਓਏ ਮਾਲਕੋ ਸ਼ੇਰਾ ਕੀ ਹੋਇਆ ਮੇਰੇ ਸ਼ੇਰੇ ਨੂੰ ਓਏ ਸ਼ੇਰੇ ਨੇ ਫਾਹਾ ਲਾ ਲਿਆ ਨੇ ਪ੍ਰਗਾਚੋ ਨਹੀਂ ਪ੍ਰਗਾਚੋ ਆਪਣੇ ਸ਼ੇਰੇ ਨੇ ਫਾਹਾ ਲਾ ਲਿਆ ਚੌਰੀ ਸਾਹਿਬ ਹਾਲੇ ਵੀ ਵਕਤ ਹੈ ਇਹਨੂੰ ਡੇਰਾ ਬਾਬਾ ਨਾਨਕ ਲੈ ਕੇ ਚਲੋ ਉਹ ਬਾਬਾ ਨਾਨਕ ਭਲੀ ਕਰਨਗੇ ਉਹ ਬਸ ਕਰੋ ਕਿ ਸਾਰਿਆਂ ਨੇ ਕੋਈ ਰੱਟ ਲਾਈ ਹੈ ਰੱਟ ਇਹਨਾਂ ਨੇ ਨਹੀਂ ਰੱਟ ਤਾਂ ਤੁਸੀਂ ਲਾਈ ਹੋਈ ਆ ਆਪਣੇ ਅੰਦਰਲੇ ਅਹੰਕਾਰ ਨੂੰ ਮਾਰ ਕਿਉਂ ਨਹੀਂ ਦਿੰਦੇ ਆਪਣੀ ਮੈਂ ਨੂੰ ਛੱਡ ਕਿਉਂ ਨਹੀਂ ਦਿੰਦੇ ਉਹ ਚੌਰੀ ਸਾਹਿਬ ਉਹ ਇੱਕ ਜਾਨਵਰ ਵੀ ਆਪਣੇ ਬੱਚਿਆਂ ਲਈ ਸਾਰਾ ਦਿਨ ਥਾਂ ਥਾਂ ਭਟਕਦਾ ਫਿਰਦਾ ਮੇਰੀ ਜ਼ਮੀਨ ਜਾਇਦਾਦ ਪੈਸਾ ਹਵੇਲੀ ਸਭ ਤੁਹਾਡੇ ਹਵਾਲੇ ਬਸ ਉਹ ਬਸ ਮੇਰੇ ਪੁੱਤਰ ਨੂੰ ਬਚਾ ਲਿਓ ਮੈਂ ਜਾਵਾਂਗਾ ਡੇਰਾ ਬਾਬਾ ਨਾਨਕ ਮੈਂ ਜਾਵਾਂਗਾ ਡੇਰਾ ਬਾਬਾ